ਆਪਾਂ ਅੱਜ ਗੁਰੂ ਰਾਮਦਾਸ ਦੇ ਦਰ 'ਤੇ ਨਤਮਸਤਕ ਹੋਣਾ ਸੀ, ਕੁਛ ਕਾਰਨਾਂ ਕਰਕੇ ਮੈਂ ਲੇਟ ਹੋ ਗਿਆ, ਜਾਮ ਸੀਗਾ, ਅਤੇ ਅਸੀਂ ਗੁਰੂ ਘਰ ਵਿੱਚ ਅੱਜ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਾਂਗੇ ਵੀ ਜਿਹੜਾ ਦਿੱਲੀ ਮੋਰਚਾ 2 ਆ ਉਹਦੇ ਵਿੱਚ ਜਿਹੜੇ ਦੇਸ਼ ਦੇ ਕਿਸਾਨ ਮਜ਼ਦੂਰ ਆ ਉਹਨਾਂ ਨੂੰ ਫਤਿਹ ਮਿਲੇ, ਉਹਨਾਂ ਦੀਆਂ ਜਿਹੜੀਆਂ ਮੰਗਾਂ ਪੂਰੀਆਂ ਹੋਣ, ਇਸ ਕਰਕੇ ਅਸੀਂ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਚੱਲੇ। ਧਨੇਰ ਸਾਹਿਬ, ਕੱਲ੍ਹ ਇੱਕ ਮੀਟਿੰਗ ਤੁਸੀਂ ਬੜੀ ਲੰਬੀ ਕੀਤੀ, ਕੀ ਕੋਈ ਗੱਲਬਾਤ ਚੱਲ ਰਹੀ ਆ? ਕੀ ਉਸਦੇ ਜਿਵੇਂ ਹਰਿਆਣਾ 'ਚ ਇੰਟਰਨੈਟ ਵੀ ਸਸਪੈਂਡ ਕਰਤਾ, ਕੀ ਕਹਿਣਾ ਚਾਹੋਗੇ? ਹਾਂ ਦੇਖੋ, ਕੱਲ੍ਹ ਜਿਹੜੀ ਗੱਲਬਾਤ ਅੰਮ੍ਰਿਤਸਰ 'ਚ ਹੋਈ ਸੀਗੀ ਵੱਡੇ ਅਧਿਕਾਰੀਆਂ ਨਾਲ, ਉਹਦੇ ਲੈ ਕੇ ਕੇਂਦਰ ਦੀ ਚਿੱਠੀ ਆ ਗਈ ਸਾਨੂੰ ਵੀ ਕੇਂਦਰ ਦੇ ਜਿਹੜੇ 3 ਮੰਤਰੀ ਆ ਉਹ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਵਿਦ ਪੰਜਾਬ ਸਰਕਾਰ ਉਹ ਕਿਸਾਨਾਂ ਦਾ ਜਿਹੜਾ SKM ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਦਾ ਜਿਹੜਾ ਡੈਲੀਗੇਟ ਜਾਊਗਾ ਉੱਥੇ ਉਹਨਾਂ ਨਾਲ ਵਿਚਾਰ ਚਰਚਾ ਕਰਨਗੇ। ਉਧਰ ਜਾ ਕੇ ਦੇਖੋ, ਡੈਲੀਗੇਸ਼ਨ 'ਚ ਤਕਰੀਬਨ ਮੈਨੂੰ ਲੱਗਦਾ 20 ਤੋਂ ਪਲੱਸ ਦਾ ਡੈਲੀਗੇਸ਼ਨ ਹੋਊਗਾ। KMM ਦੀਆਂ ਵੀ 12-13 ਧਿਰਾਂ ਹੋਣਗੀਆਂ ਅਤੇ SKM ਨੋਨ ਪੋਲੀਟੀਕਲ ਦੀਆਂ ਵੀ ਪੂਰੀਆਂ ਦੇਸ਼ ਭਰ ਦੀਆਂ ਧਿਰਾਂ, ਜਿਹੜਾ ਉਹਨਾਂ ਦਾ ਇੱਕ ਨੁਮਾਇੰਦਾ ਜੋ ਸ਼ਾਮਿਲ ਹੋਊ। ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਨੇ, ਜਿਵੇਂ ਪਿਛਲੀ ਵਾਰੀ ਪਹਿਲਾਂ ਚੱਲਿਆ ਸੀ, ਕਈ ਕਹਿ ਰਹੇ ਕਿ ਅਸੀਂ ਨਾਲ ਹਾਂ, ਕਈ ਕਹਿ ਰਹੇ ਨਹੀਂ ਨਾਲ, ਕੀ ਕਹਿਣਾ ਚਾਹੋਗੇ? ਦੇਖੋ, ਅੰਦੋਲਨ ਅੱਗੇ ਨੂੰ ਵੱਡਾ ਵਾ, ਤੁਸੀਂ ਦੇਖ ਰਹੇ ਹੋ ਅੰਦੋਲਨ ਦੀ ਤਿਆਰੀ ਵੱਡੀ ਆ, ਠੀਕ ਆ ਜੀ। ਕੋਈ ਰੌਲਾ ਨਹੀਂ, ਦੇਖੋ ਸਵਾਲ ਤਾਂ ਇੱਕ ਬਣੇ, ਸਰਕਾਰ ਸਾਡੇ ਨਾਲ ਵਾਰਤਾ ਕਰ ਰਹੀ ਆ ਔਰ ਅਸੀਂ ਦਿਲ ਖੁੱਲ੍ਹੇ ਰੱਖੇ ਵੀ ਤੁਸੀਂ ਗੱਲਬਾਤ ਕਰੋ, ਅਸੀਂ ਨਹੀਂ ਨਾ ਕਰਦੇ ਹੈਗੇ। ਦੇਸ਼ ਦੇ ਲੋਕਾਂ 'ਚ ਮੈਸੇਜ ਨਹੀਂ ਜਾਵੇ ਵੀ ਕਿਸਾਨ ਆਗੂ ਗੱਲ ਨਹੀਂ ਕਰਨਾ ਚਾਹੁੰਦੇ, ਇਹਦਾ ਮਤਲਬ ਅਸੀਂ ਸ਼ਾਂਤਮਈ ਢੰਗ ਨਾਲ ਬਹਿ ਕੇ ਮਸਲੇ ਦਾ ਹੱਲ ਚਾਹੁੰਦੇ ਹਾਂ। ਗੱਲਬਾਤ ਦੇ ਵਿੱਚ ਵੀ ਜੋ ਕੁਛ ਹਰਿਆਣਾ ਦੇ CM ਸਾਹਿਬ ਖੱਟੜ ਸਾਹਿਬ ਦਾ ਰਵੱਈਆ ਦੇਖ ਰਹੇ ਸੀ, ਜਿਵੇਂ ਇੰਟਰਨੈਟ ਬੰਦ ਕੀਤਾ, ਔਰ ਤੁਸੀਂ ਬੈਰੀਕੇਟਿੰਗ ਤਾਂ ਚੱਲ ਪੰਜਾਬ ਵਾਲਿਆਂ ਲਈ ਕੀਤੀ, ਗੱਲ ਤਾਂ ਸਮਝ ਆ ਰਹੀ ਆ। ਹਰਿਆਣੇ ਦੇ ਵਿੱਚ ਜਿਹੜਾ ਅਨਐਲਾਨੀ ਐਮਰਜੈਂਸੀ ਆ, ਜਿਵੇਂ ਪੂਰੇ ਹਰਿਆਣੇ ਨੂੰ ਖੁੱਲ੍ਹੀ ਜੇਲ੍ਹ ਵਿੱਚ ਬਦਲਿਆ ਜਾ ਰਿਹਾ, ਮੈਨੂੰ ਲੱਗਦਾ ਗੈਰ ਮਨੁੱਖੀ, ਹਰਿਆਣੇ ਦੇ ਲੋਕਾਂ ਨੇ ਖੱਟੜ ਸਾਹਿਬ ਨੂੰ ਚੁਣਿਆ ਸੀਗਾ, ਅਤੇ ਮੈਨੂੰ ਲੱਗਦਾ ਹਰਿਆਣੇ ਦੇ ਲੋਕਾਂ ਨੂੰ ਧਰਨਾ ਮੁਜ਼ਾਹਰਾ ਕਰਨਾ, ਮੋਰਚੇ ਵਿੱਚ ਜਾਣਾ ਉਹਨਾਂ ਦਾ ਜਨਮ ਸਿੱਧ ਅਧਿਕਾਰ ਆ, ਉਹ ਖੋਣਾ ਨਹੀਂ ਚਾਹੀਦਾ। ਹਾਂ, ਸਾਰੇ ਹਰਿਆਣੇ ਦੇ ਕਿਸਾਨਾਂ ਨਾਲ ਸਾਰਿਆਂ ਨਾਲ ਰਾਬਤਾ ਹੈਗਾ ਜੀ। ਹਾਂ, ਦਿੱਲੀ ਕੂਚ ਤੋਂ ਪਹਿਲਾਂ ਦਿੱਲੀ ਮੋਰਚੇ ਨੂੰ ਸਤਿਗੁਰੂ ਰਾਮਦਾਸ ਜਿੱਤ ਦੇਵੇ, ਉਹਦੇ ਵਾਸਤੇ ਗੁਰੂ ਘਰ ਨਤਮਸਤਕ, ਜਦੋਂ ਵੀ ਕੋਈ ਕੰਮ ਕੱਢਾ ਕਰੀਦਾ ਅਤੇ ਗੁਰੂ ਘਰੋਂ ਜਿਹੜਾ ਅਰਦਾਸ ਕਰਕੇ ਸ਼ੁਭ ਗੁਰੂ ਸਾਹਿਬ ਦੇ ਆਸ਼ੀਰਵਾਦ ਲੈ ਕੇ ਤੁਰੀਦਾ, ਉਹਦੇ ਵਾਸਤੇ ਅੱਜ ਆ ਜਾਏਗਾ। ਨਹੀਂ ਦੇਖੋ, ਅੱਜ ਤਾਂ ਅਸੀਂ ਸਾਰੇ ਇਕੱਠੇ ਹੋ ਰਹੇ ਹੈਗੇ ਅਤੇ ਕੱਲ੍ਹ 12 ਨੂੰ ਵੀ ਨੇੜੇ ਇਕੱਠਾ ਹੋਇਆ ਜਾਊਗਾ, ਸ਼ਾਇਦ ਫਤਿਹਗੜ੍ਹ ਸਾਹਿਬ ਅਸੀਂ ਇਕੱਠੇ ਹੋ ਜਾਈਏ। ਕੂਚ 13 ਦਾ ਹੀ ਆ, ਉਹ ਤਾਂ ਜਿਹੜੀ 12 ਦੀ ਮੀਟਿੰਗ ਹੈ ਨਾ, ਉਹਦੀ ਸ਼ਾਮ 'ਚ ਕੀ ਨਿਕਲ ਕੇ ਆਉਂਦਾ, ਕੀ ਹੁੰਦਾ, ਉਹ ਤੋਂ ਬਾਅਦ ਫੈਸਲਾ ਕਰਨਾ। ਦੇਖੋ ਅੱਜ ਦਾਅਵਾ ਕਰਨਾ ਮੀਟਿੰਗ ਤੋਂ ਬਾਅਦ ਵੀ ਮੀਟਿੰਗਾਂ ਮੰਨੀਆਂ ਜਾਣੀਆਂ ਕਿ ਨਹੀਂ ਮੰਨੀਆਂ ਜਾਣੀਆਂ, ਇਹ ਵਾਜਬ ਨਹੀਂ ਹੈਗਾ, ਇਹ ਮੀਟਿੰਗ ਤੋਂ ਬਾਅਦ। ਦੇਖੋ WTO ਨਾਲ ਟਕਰਾਉਂਦੀਆਂ ਮੰਗਾਂ ਨੇ, MSP ਖਰੀਦ ਦੀ ਗਰੰਟੀ ਦਾ ਕਾਨੂੰਨ, ਇਹ ਬਹੁਤ ਸੌਖਾ ਸਖਾਲਾ, ਇਹਦੇ ਵਾਸਤੇ ਕਿਸੇ ਕਮੇਟੀ ਦੀ ਲੋੜ ਨਹੀਂ ਹੈਗੀ। MSP ਪਹਿਲਾਂ ਤੈਅ ਕਰਦੀ ਆ ਸਰਕਾਰ 23 ਫਸਲਾਂ 'ਤੇ ਇੱਕ ਆਧਾਰ ਬਣਾ ਕੇ, ਭਾਵੇਂ ਉਹ ਆਧਾਰ ਸਾਨੂੰ ਪਸੰਦ ਨਹੀਂ, ਉਹਦਾ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾ ਸਕਦਾ ਵਾ। ਉਦੋਂ ਅੱਗੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ, ਇਹਦੋਂ ਕਹਾਂ ਹੈਗਾ ਵੀ ਗੰਨੇ ਦਾ C2 100% ਜੋੜ ਕੇ ਉਹਦਾ ਭਾਅ ਤੈਅ ਕੀਤਾ ਜਾਵੇ, ਕਿਸਾਨ ਅਤੇ ਖੇਤ ਮਜ਼ਦੂਰ ਨੂੰ ਕਰਜ਼ ਮੁਕਤ ਕੀਤਾ ਜਾਵੇ। ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਅਜੇ ਮਿਸ਼ਰਾ ਟੈਣੀ ਜੀ ਉਹਨਾਂ ਨੂੰ ਮੰਤਰੀ ਮੰਡਲ 'ਚੋਂ ਕੱਢਿਆ ਜਾਣਾ, ਰਹਿਤਾ ਮਹੀਨਾ ਗਿਆ,
ਜੇ ਕਿਸਾਨਾਂ ਦਾ ਦਿਲ ਠੰਡਾ ਕਰਨਾ ਉਹਨਾਂ ਨੂੰ ਬਾਹਰ ਕੱਢ ਦਿਓ, ਅਤੇ ਲਖੀਮਪੁਰ ਖੀਰੀ ਦੇ ਜਿਹੜੇ 13 ਇੰਜਣ ਆ ਉਹਨਾਂ ਦਾ ਮੁਆਵਜ਼ਾ, ਇਹਦੋਂ ਗਾਂ ਜਿਹੜਾ ਸਾਰੇ ਕੇਸ ਪਾਏ ਹੋਏ ਆ ਦਿੱਲੀ ਸਮੇਤ ਜਿੰਨੇ ਕੇਸ ਆ ਉਹ ਵਾਪਸੀ ਦਾ ਸਵਾਲ ਹੈ। ਬਿਜਲੀ ਸੋਧ ਬਿੱਲ ਜਿਹੜਾ ਨਿੱਜੀਕਰਨ ਦਾ ਹਿੱਸਾ ਉਹਨੂੰ ਵਾਪਸ ਲਿਆ ਜਾਣਾ, ਜਾਂ ਪੋਲਿਊਸ਼ਨ ਐਕਟ ਦੇ ਵਿੱਚੋਂ ਜਿਹੜਾ ਵਾ ਖੇਤੀ ਨੂੰ ਬਾਹਰ ਕੱਢਣਾ ਚਾਹੀਦਾ। ਕਿਸਾਨਾਂ ਨੂੰ ਜਿਹੜੀ ਫਸਲੀ ਬੀਮਾ ਯੋਜਨਾ ਉਹ ਆਪਣੇ ਪੱਧਰ 'ਤੇ ਸਰਕਾਰ ਜੋੜੇ, ਆਰਕੀ ਮਜ਼ਦੂਰਾਂ ਵਾਸਤੇ ਅਸੀਂ ਨਰੇਗਾ ਦੀ ਵੀ ਗੱਲ ਕੀਤੀ ਆ, ਇਹਨੂੰ 200 ਦਿਨ। MSP ਨੂੰ ਲੈ ਕੇ ਕੁਝ ਜਥੇਬੰਦੀਆਂ ਚੰਡੀਗੜ੍ਹ ਨੂੰ ਕੂਚ ਕਰ ਰਹੀਆਂ MSP ਨੂੰ ਲੈ ਕੇ। MSP ਜੇ ਚੰਡੀਗੜ੍ਹ ਹੀ ਹੱਲ ਹੋਣਾ ਤਾਂ ਫਿਰ ਦਿੱਲੀ ਜਾਣ ਦੀ ਕੀ ਲੋੜ ਆ ਜੀ ਤੁਹਾਨੂੰ ਜੀ? ਦੇਖੋ ਵਾਰਤਾ ਕਿਤੇ ਵੀ ਹੋ ਸਕਦੀ ਹੈ, ਦਿੱਲੀ ਦਾ ਅੰਦੋਲਨ ਆ ਉਹ ਦਿੱਲੀ ਚੱਲੂਗਾ। ਸਾਡੀ ਮੰਗ ਮੁਤਾਬਕ ਹੀ ਉਹ ਚੰਡੀਗੜ੍ਹ ਆਏ ਨੇ। ਪਹਿਲੇ ਕਦੀ ਵਿੱਚ ਇਤਿਹਾਸ ਮੈਚ ਨਹੀਂ ਹੋਇਆ ਦਿੱਲੀ ਚੱਲ ਕੇ ਚੰਡੀਗੜ੍ਹ ਜਾਂ ਪੰਜਾਬ ਆਈ ਹੋਵੇ, ਇਤਿਹਾਸਕ ਮੌਕਾ ਵਾ। ਸਰਕਾਰ ਸਰਕਾਰ ਅਸੀਂ ਇੱਕ ਮਹੀਨਾ ਪਹਿਲਾਂ ਦੇਖੋ ਅਲਟੀਮੇਟਮ ਦਿੱਤਾ, 9 ਦਸੰਬਰ 2021 ਦੀ ਚਿੱਠੀ ਆਈ ਹੋਈ ਆ ਮੋਦੀ ਸਾਹਿਬ ਦੀ, 2 ਸਾਲ ਹੋ ਗਿਆ ਮਸਲੇ ਦਾ ਹੱਲ ਨਹੀਂ ਕੀਤਾ। ਇੱਕ ਹੁੰਦਾ ਮੰਗਾਂ ਨਹੀਂ ਕਮਿਟਮੈਂਟਸ ਜਿਹਨੂੰ ਕਹਿੰਦੇ ਆ, ਜਿਹੜੇ ਉਹਨਾਂ ਨੇ ਭਰੋਸੇ ਦਿੱਤੇ ਆ, ਉਹ ਜ਼ਿੰਮੇਵਾਰ ਨੇ ਵੀ ਸਾਨੂੰ ਮਜਬੂਰ ਹੋ ਕੇ ਦਿੱਲੀ ਜਾਣਾ ਪੈ ਰਿਹਾ। 2 ਸਾਲਾਂ 'ਚ ਸਾਡੇ ਮਸਲੇ ਹੱਲ ਕਰ ਦਿੰਦੇ ਤਾਂ ਅਸੀਂ ਕਹਿੰਦੇ ਮੋਦੀ ਸਾਹਿਬ ਠੀਕ ਨੇ। ਦੇਖੋ ਆਪਾਂ ਇੱਥੋਂ ਅੰਮ੍ਰਿਤਸਰ ਦੇ ਵਿੱਚ ਅੱਜ ਤੱਕ ਇਕੱਠੇ ਹੋਣਾ, ਗਾਹਾਂ ਜਾ ਕੇ ਫਤਿਹਗੜ੍ਹ ਸਾਹਿਬ ਇਕੱਠੇ ਹੋਵਾਂਗੇ। ਜਿਹੜਾ 13-12 ਵਾਲੀ ਮੀਟਿੰਗ ਆ ਉਹਦੀ ਸ਼ਾਮ ਤੋਂ ਬਾਅਦ ਸਾਰੀ ਪਿਕਚਰ ਤੁਹਾਡੇ ਸਾਹਮਣੇ ਜੋ ਕੁਝ ਵੀ ਹੋਊਗਾ। ਜੇ ਸਰਕਾਰ ਕੋ MSP ਖਰੀਦ ਦੀ ਗਰੰਟੀ 'ਤੇ ਨੋਟੀਫਿਕੇਸ਼ਨ ਕਰਦੀ ਆ, ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਮੰਗ 'ਤੇ ਨੋਟੀਫਿਕੇਸ਼ਨ ਕਰਦੀ ਆ, ਉਹ ਕਰਜ਼ੇ 'ਤੇ ਨੋਟੀਫਾਈ ਕਰਦੀ ਆ, ਫਿਰ ਜਿਹੜੀਆਂ ਦੇਸ਼ ਦੀਆਂ ਜਥੇਬੰਦੀਆਂ ਨੂੰ ਮਿਲ ਕੇ ਵਿਚਾਰਾਂਗੇ। ਅਸੀਂ ਲੜਨ ਨਹੀਂ ਜਾ ਰਹੇ, ਇਸ ਦੇਸ਼ ਵਿੱਚ ਜਮਹੂਰੀਅਤ ਆ, ਕਿਸਾਨ ਨੂੰ ਖੇਤ ਮਜ਼ਦੂਰ ਨੂੰ ਜਿਹੜਾ ਦੇਸ਼ ਦਾ 60% ਹਿੱਸਾ ਇਹ ਦੇਸ਼ ਕਿਸਾਨਾਂ ਮਜ਼ਦੂਰਾਂ ਨਾਲ ਚੱਲਦਾ, ਉਹਨਾਂ ਨੂੰ ਆਪਣਾ ਧਰਨਾ ਮੁਜ਼ਾਹਰਾ ਕਰਨ ਦਾ ਹੱਕ ਹੈਗਾ। ਹਾਂ ਕੋਈ ਨਹੀਂ ਟਰੈਕਟਰ 'ਚ ਨਹੀਂ ਵੱਧਦੇ, ਟਰੈਕਟਰ ਕਿਸੇ ਦੀ ਜਾਨ ਨਹੀਂ ਲੈਂਦਾ, ਜਾਨ ਤਾਂ ਸਰਕਾਰ ਦੇ ਬੈਰੀਕੇਡ ਲੈਣਗੇ ਸਰਕਾਰ ਦੇ। ਅਸੀਂ ਅਥਰੂ ਗੈਸ ਅਸੀਂ ਨਹੀਂ ਜਾ, ਅਸੀਂ ਤਾਂ ਪੀਸਫੁਲੀ ਪਿਛਲੀ ਵਾਰੀ ਪੀਸਫੁਲੀ ਗਏ, ਹੁਣ ਵੀ ਟਰੈਕਟਰ ਤਾਂ ਅਸੀਂ DC ਦਫ਼ਤਰਾਂ ਗਾੜੀ ਲਿਆਉਂਦੇ ਹਾਂ, ਹਰ ਥਾਂ ਟਰੈਕਟਰ ਖੜਦੇ ਹਾਂ ਆਪਦੇ। ਟਰੈਕਟਰ ਲੈ ਕੇ ਜਾਓਗੇ ਨਾ? ਦੇਖੋ ਜਾਇਆ ਹੀ ਟਰੈਕਟਰ ਟਾਲੀਆਂ 'ਤੇ ਜਾਣਾ ਵਾ, ਉੱਦਾਂ ਤਾਂ ਜਾਇਆ ਨਹੀਂ ਜਾਣਾ। ਤੇ ਮੁਸ਼ਕਲ ਹੋਏਗੀ, ਦੇਖੋ ਟਰੈਕਟਰ ਕਿਉਂ ਟਕਰਾਉਣਗੇ ਜੇ ਸਰਕਾਰ ਨਾਲ ਟਕਰਾਊਗੀ, ਤੇ ਕਿਉਂ ਟਕਰਾਉਣਗੇ? ਅਸੀਂ ਤਾਂ ਆਪਣੇ ਵੱਲੋਂ ਪੀਸਫੁਲੀ ਅੰਪੁਰ ਅਮਨ ਤਰੀਕੇ ਨਾਲ ਆਪਦਾ ਸਾਹਿਬ ਜਿਹੜੀ ਜਗ੍ਹਾ ਵਾ ਉਹ ਇੱਕ ਪੁੱਲ ਆ, ਇਹ ਕੋਈ ਖਾਲੀ ਜਗ੍ਹਾ ਨਹੀਂ ਹੈ, ਅਗਰ ਰਸਤਾ ਬੰਦ ਕਰਕੇ ਡਿੱਗਦਾ ਤਾਂ ਵੀ ਨੁਕਸਾਨ ਹੋਇਆ। ਠੀਕ ਹੈ, ਇਹ ਤਾਂ ਦੇਖੋ ਸਰਕਾਰ ਕਰਨੀ ਨਾ ਦੇਵੇ ਅੰਦੋਲਨ, ਸਰਕਾਰ ਮੰਗਾ ਮੰਨ ਲਵੇ ਕੰਮ ਨਿਬੜ ਜਾਵੇ ਜੀ। ਠੀਕ ਹੈ, ਨਹੀਂ ਮੰਨਦੀ ਤੇ ਫੇਰ ਉਹਦੇ ਉੱਤੇ ਦੇਖੋ, ਇਹ ਅੱਜ ਨਹੀਂ ਨਾ ਕਹਿ ਸਕਦੇ, ਅੱਜ ਨਹੀਂ ਨਾ ਕਹਿ ਸਕਦੇ, ਕੁਝ ਜ਼ਬਰਦਸਤੀ ਆਪਣੀਆਂ ਗੱਲਾਂ ਸਾਡੇ ਮੂੰਹ 'ਚ, ਇਹ ਤਾਂ 12 ਦੀ ਮੀਟਿੰਗ ਤੋਂ ਬਾਅਦ ਪਤਾ ਲੱਗਦਾ। ਕੀ ਲੱਗਦਾ ਤੁਹਾਨੂੰ ਕੱਲ ਦਾ ਇੱਕ ਮੀਟਿੰਗ ਰਹਿ ਗਈ ਹੈ, ਕੀ ਰਵੱਈਆ ਕੀ ਲੱਗਦਾ? ਦੇਖੋ ਸਰਕਾਰ ਅਸੀਂ ਆਪਣੇ ਵੱਲੋਂ ਪੋਜ਼ਿਟਿਵ ਆ, ਸਾਡਾ ਕੰਮ ਹੈ ਜਦੋਂ ਸਰਕਾਰ ਗੱਲਬਾਤ ਲਈ ਸੱਦੂਗੀ ਅਸੀਂ ਉਹਨਾਂ ਨੂੰ ਇੱਕ ਇੱਕ ਗੱਲ ਬੜੇ ਪਿਆਰ ਨਾਲ ਅੰਪਰੋਮਨ ਢੰਗ ਨਾਲ ਚੰਗੇ ਮਾਹੌਲ ਦੇ ਵਿੱਚ ਦੱਸਾਂਗੇ ਵੀ ਸਾਡੀਆਂ ਆਹ ਦੇਸ਼ ਦੇ ਕਿਸਾਨ ਮਜ਼ਦੂਰ ਦੀਆਂ ਸਮੱਸਿਆ, ਮੰਨਣਾ ਨਹੀਂ ਮੰਨਣਾ ਉਹਨਾਂ ਦੀ ਮਰਜ਼ੀ, ਹੁਣ ਉਹ ਦੇਖਣ ਨੂੰ ਕਿਹੜੇ ਮੋਰਚੇ ਪਰ ਬਾਕੀ ਜਥੇਬੰਦੀਆਂ ਤੁਹਾਡੇ ਨਾਲ ਕਿਉਂ ਨਹੀਂ ਆ ਰਹੀਆਂ? ਸਾਰੀਆਂ ਹੀ ਜਥੇਬੰਦੀਆਂ, ਤੁਸੀਂ ਦੱਸੋ ਤੁਹਾਨੂੰ ਕਿਹੜੀਆਂ ਦਾ ਪਤਾ ਵੀ ਕਿਹੜੀਆਂ ਨਹੀਂ ਆ ਰਹੀਆਂ? ਜਿਹੜੀ 34 ਜਥੇਬੰਦੀਆਂ ਸੀ ਉਹ ਸਾਰੀਆਂ ਕਿਉਂ ਨਹੀਂ? ਤੁਸੀਂ ਕਿਸੇ ਦਾ ਨਾਲ ਉੱਥੋਂ ਹੀ ਕਿੱਦਾਂ ਦਾਵਾ ਕਰ ਸਕਦੇ ਵੀ ਨਹੀਂ ਆ ਰਹੀਆਂ? ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਸਾਰੀਆਂ ਜਥੇਬੰਦੀਆਂ ਨੂੰ ਦਿੱਲੀ ਨਾਲ ਲੈ ਕੇ ਜਾਓ। ਠੀਕ ਹੈ ਜੀ। ਹਾਂ ਗ੍ਰਾਹ ਸਾਹਿਬ ਵੀ ਜਾਣਗੇ, ਦੇਖੋ ਸਾਰਿਆਂ ਨਾਲ ਸਾਡੀ ਗੱਲ ਹੋਈ ਆ, ਕਿਸੇ ਨੇ ਜਾਣਾ ਨਹੀਂ ਜਾਣਾ ਉਹਦੀ ਮਰਜ਼ੀ ਹੈ, ਗੱਲਬਾਤ ਸਾਡੀ ਸਾਰਿਆਂ ਨਾਲ। ਮੈਂ ਤੁਹਾਨੂੰ ਦਾਅਵਾ ਕਰਦਾ ਤੁਸੀਂ ਇਹ ਸਵਾਲ 15 ਨੂੰ ਕਰਿਓ, ਕੋਈ ਵੀ ਪੰਜਾਬ 'ਚ ਨਹੀਂ ਰਹੂਗਾ। ਠੀਕ ਹੈ।